ਜੇਕਰ ਤੁਹਾਡੇ ਵੀ ਰਾਸ਼ਨ ਕਾਰਡ ਤੇ ਕਣਕ ਤੁਹਾਨੂੰ ਨਹੀਂ ਮਿਲ ਰਹੀ ਜਾਂ ਕਿਸੇ ਤਰ੍ਹਾਂ ਦੀ ਤੁਸੀਂ ਸ਼ਿਕਾਇਤ ਕਰਨਾ ਚਾਹੁੰਦੇ ਹੋ ਤਾਂ ਇਹ ਵੀਡੀਓ ਜ਼ਰੂਰ ਦੇਖ ਲਓ ਕਈਆਂ ਜਿਨ੍ਹਾਂ ਦੇ ਰਾਸ਼ਨ ਕਾਰਡ ਕੱਟੇ ਗਏ ਹਨ ਉਹ ਵੀ ਇਸ ਤਰ੍ਹਾਂ ਜਿਹੜੀ ਸ਼ਿਕਾਇਤ ਕਰਕੇ ਆਪਣੇ ਜਿਹੜੇ ਰਾਸ਼ਨ ਕਾਰਡ ਦੁਬਾਰਾ ਮੁਹੱਈਆ ਕਰਵਾ ਸਕਦੇ ਹਨ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਘਰ ਘਰ ਤੱਕ ਪਹੁੰਚਾ ਦਿਓ ਹਰ ਫੋਨ ਤੱਕ ਪਹੁੰਚਾ ਦਿਓ ਤਾਂ ਜੋ ਕਿਸੇ ਵੀਰ ਭੈਣ ਭਰਾ ਰਿਸ਼ਤੇਦਾਰ ਦਾ ਜਿਹੜਾ ਭਲਾ ਹੋ ਸਕੇ ਸასიਖਲ ਦੋਸਤੋ ਦੋਸਤੋ ਜਿਹੜੀ ਅੱਜ ਦੀ ਜਾਣਕਾਰੀ ਬਹੁਤ ਖਾਸ ਆ ਹਰ ਗਰੀਬ ਪਰਿਵਾਰ ਲਈ ਆ ਜਿਨ੍ਹਾਂ ਦੇ ਜਿਹੜੇ ਰਾਸ਼ਨ ਕਾਰਡ ਬਣੇ ਹਨ ਜਾਂ ਜਿਨ੍ਹਾਂ ਨੂੰ ਜਿਹੜੀ ਆਟਾ ਦਾਲ ਸਕੀਮ ਜਿਹੜੀ ਸਰਕਾਰ ਵੱਲੋਂ ਮਿਲਦੀਆਂ ਹਨ ਜਾਂ ਕਣਕ ਮਿਲਦੀ ਆ ਜਾਂ ਹੋਰ ਜਿਹੜੀਆਂ ਸਹਾਇਤਾ ਮਿਲਦੀਆਂ ਹਨ ਕਈਆਂ ਵੀਰਾਂ ਦੇ ਜਿਹੜੇ ਰਾਸ਼ਨ ਕਾਰਡ ਕੋਈ ਸਮੇਂ ਪਹਿਲਾਂ ਜਿਹੜੇ ਕੱਟੇ ਗਏ ਹਨ ਜਾਂ ਜਿਨ੍ਹਾਂ ਨੂੰ ਕੋਈ ਰਾਸ਼ਨ ਕਾ ਜਿਹੜਾ ਰਾਸ਼ਨ ਨਹੀਂ ਮਿਲਦਾ ਜਾਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਰਾਸ਼ਨ ਲਾਈਨ ਦੇ ਵਿੱਚ ਤਾਂ ਤੁਸੀਂ ਇਹਨਾਂ ਜਿਹੜੀਆਂ ਆਪਾਂ ਤੁਹਾਨੂੰ ਵੈਬਸਾਈਟ ਦੱਸਾਂਗੇ ਇਸ ਵੈਬਸਾਈਟ ਤੇ ਜਾ ਕੇ ਕਿਸ ਤਰ੍ਹਾਂ ਤੁਸੀਂ ਜਿਹੜੀ ਸ਼ਿਕਾਇਤ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਜਿਹੜੀ ਰਾਸ਼ਨ ਕਾਰਡ ਦੇ ਰਿਲੇਟਰ ਜਿਹੜੀ ਸ਼ਿਕਾਇਤ ਆ ਤੁਸੀਂ ਕਰ ਸਕਦੇ ਹੋ ਸੋ ਸਭ ਤੋਂ ਪਹਿਲਾਂ ਮੇਰੇ ਵੀਰੋ ਤੁਸੀਂ ਆਪਣੇ ਜਿਹੜੇ ਮੋਬਾਈਲ ਦੀ ਆ Google ਓਪਨ ਕਰ ਲਓ Google ਓਪਨ ਕਰਨ ਤੋਂ ਬਾਅਦ ਤੁਸੀਂ ਉਸ ਦੇ ਵਿੱਚ N F S A ਇਸ ਦਾ ਮਤਲਬ ਆ ਨੈਸ਼ਨਲ ਫੂਡ ਸਿਕਿਉਰਟੀ ਐਕਟ ਇਸ ਨੂੰ ਤੁਸੀਂ ਸਰਚ ਕਰ ਲੈਣਾ ਜਦੋਂ ਤੁਸੀਂ ਇਸ ਨੂੰ ਸਰਚ ਕਰੋਗੇ ਸਰਚ ਕਰਨ ਤੋਂ ਪਹਿਲੀ ਜਿਹੜੀ ਆਪਸ਼ਨ ਆ ਐਨ ਐਫ ਐਸ ਏ ਵੱਡੇ ਅੱਖਰਾਂ ਦੇ ਵਿੱਚ ਆਊਗਾ ਇਸ ਆਪਸ਼ਨ ਨੂੰ ਤੁਸੀਂ ਕਲਿੱਕ ਕਰ ਲੈਣਾ ਜਦੋਂ ਤੁਸੀਂ ਇਸ ਆਪਸ਼ਨ ਨੂੰ ਕਲਿੱਕ ਕਰੋਗੇ ਪੂਰੇ ਆਲ ਓਵਰ ਇੰਡੀਆ ਦਾ ਜਿਹੜਾ ਸਾਰਾ ਡਾਟਾ ਸਰਕਾਰ ਜਿਨ੍ਹਾਂ ਦੇ ਰਾਸ਼ਨ ਕਾਰਡ ਬਣੇ ਹਨ ਜਾਂ ਜੋ ਵੀ ਪ੍ਰੋਸੈਸਾ ਸਾਰਾ ਤੁਹਾਡੇ ਸਾਹਮਣੇ ਜਿਹੜਾ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਆ ਜਾਊਗਾ ਹੁਣ ਤੁਸੀਂ ਉੱਥੋਂ ਥੋੜਾ ਜਿਹਾ ਸਕਰੋਲ ਕਰ ਲੈਣਾ ਸਭ ਤੋਂ نیچے ਜਾਣਾ ਜੇਕਰ ਤੁਸੀਂ ਪੰਜਾਬ ਦੇ ਹੋ ਤਾਂ ਉੱਥੇ ਜਿਹੜਾ ਤੁਸੀਂ ਆਪਣੇ ਪੰਜਾਬ ਦੀ ਜਿਹੜੀ ਆਪਸ਼ਨ ਆ ਉਸ ਨੂੰ ਲੱਭ ਕੇ ਕਲਿੱਕ ਕਰ ਲੈਣਾ ਜਦੋਂ ਤੁਸੀਂ ਉੱਥੇ ਪੰਜਾਬ ਦੀ ਆਪਸ਼ਨ ਤੇ ਕਲਿੱਕ ਕਰੋਗੇ ਉੱਥੇ ਜਿਹੜਾ ਵਾ ਅੱਗੇ ਆਪਣੇ ਮੁੱਖ ਮੰਤਰੀ ਸਭਾਣ ਦੀ ਮੇਲ ਜਾਂ ਜਿਹੜੀ ਆ ਜਿਹੜਾ ਇੱਕ ਫੋਨ ਨੰਬਰ ਉੱਥੇ ਲਿਖਿਆ ਹੋਊਗਾ ਉੱਥੇ ਵੀ ਤੁਸੀਂ ਜਾ ਕੇ ਜਿਹੜੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਜਾਂ ਜਿਹੜਾ ਡਾਇਰੈਕਟਰ ਆ ਆਪਣੇ ਆ ਉਹਨਾਂ ਦੀ ਜਿਹੜੀ ਉੱਥੇ ਮੇਲ ਜਾਂ ਫੋਨ ਨੰਬਰ ਲਿਖਿਆ ਹੋਊਗਾ ਉਹਨਾਂ ਨੂੰ ਤੁਸੀਂ ਜਿਹੜੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਪਰ ਜੇਕਰ ਤੁਸੀਂ ਆਨਲਾਈਨ ਵੈਬਸਾਈਟ ਦੇ ਥਰੂ ਜਿਹੜੀ ਸ਼ਿਕਾਇਤ ਦਰਜ ਕਰਵਾਉਣੀ ਚਾਹੁੰਦੇ ਹੋ ਤਾਂ ਥੋੜਾ ਜਿਹਾ ਸਕਰੋਲ ਕਰ ਲਿਓ نیچے ਜਾ ਕੇ ਦੋ ਨੰਬਰ ਵਾਲੀ ਆਪਸ਼ਨ ਆ ਰਾਸ਼ਨ ਕਾਰਡ ਮੈਨੇਜਮੈਂਟ ਸਿਸਟਮ ਜਿੱਥੇ ਵੈਬਸਾਈਟ ਦੀ ਆਪਸ਼ਨ ਆ ਰਹੀ ਆ ਉਸ ਦੇ نیچے ਇੱਕ ਲਿੰਕ ਦਿੱਤਾ ਹੈ ਨੀਲੇ ਅੱਖਰਾਂ ਦੇ ਵਿੱਚ ਤੁਸੀਂ ਉਸ ਨੂੰ ਕਲਿੱਕ ਕਰ ਲੈਣਾ ਜਦੋਂ ਤੁਸੀਂ ਉਸ ਨੂੰ ਕਲਿੱਕ ਕਰੋਗੇ ਅੱਗੇ ਜਿਹੜਾ ਆਪਣੇ ਸਾਰੇ ਪੰਜਾਬ ਦਾ ਡਾਟਾ ਵਾ ਜਿਹੜਾ ਉਹ ਸਾਰਾ ਤੁਹਾਨੂੰ ਸ਼ੋਅ ਕਰ ਜੂਗਾ ਕਿੰਨੇ ਰਾਸ਼ਨ ਕਾਰਡ ਐਕਟਿਵ ਆ ਜਾਂ ਕਿਹਨਾਂ ਨੂੰ ਰਾਸ਼ਨ ਮਿਲ ਰਿਹਾ ਹੈ ਹੁਣ ਤੁਸੀਂ ਜੇਕਰ ਥੋੜਾ ਜਿਹਾ ਸਕਰੋਲ ਕਰ ਲਿਓ نیچے ਹੈਲਪਲਾਈਨ ਹੈਲਪਲਾਈਨ ਟੈਲੀਫੋਨ ਨੰਬਰ ਉਸ ਨੰਬਰ ਤੋਂ ਉੱਥੋਂ ਤੁਸੀਂ ਜਿਹੜਾ ਵਾ ਡਾਇਰੈਕਟ ਫੋਨ ਤੇ ਜਿਹੜੀ ਗੱਲਬਾਤ ਕਰਕੇ ਜਿਹੜਾ ਆਪਣੇ ਰਾਸ਼ਨ ਕਾਰਡ ਬਾਰੇ ਜਿਹੜੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਜਾਂ ਤੁਸੀਂ ਆਨਲਾਈਨ ਜਿਹੜੀ ਸ਼ਿਕਾਇਤ ਕਰਨਾ ਚਾਹੁੰਦੇ ਹੋ ਤਾਂ ਲਿਖਤੀ ਰੂਪ ਦੇ ਵਿੱਚ ਤਾਂ ਤੁਸੀਂ ਉੱਥੇ ਆਨਲਾਈਨ ਉੱਥੇ ਜਿਹੜੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਸੋ ਮੇਰੇ ਵੀਰੋ ਦੋ ਤਿੰਨ ਤੁਹਾਨੂੰ ਮੈਂ ਨੰਬਰ ਵੀ ਦੇ ਦੇਣਾ ਜਿੱਥੋਂ ਤੁਸੀਂ ਡਾਇਰੈਕਟ ਜਿਹੜੀ ਗੱਲ ਕਰਕੇ ਆਪਣੀ ਵੇਟਿੰਗ ਚ ਕਰਕੇ 24 ਘੰਟੇ ਦੇ ਵਿੱਚ ਜਿਹੜਾ ਆਪਦਾ ਮਸਲਾ ਵਾ ਉਹ ਹੱਲ ਕਰਵਾ ਸਕਦੇ ਹੋ ਨੰਬਰ ਮੇਰੇ ਵੀਰੋ ਨੋਟ ਕਰ ਲਓ ਮੈਂ ਸਕਰੀਨ ਜੇ ਸਕਰੀਨ ਦੇ ਉੱਪਰ ਵੀ ਜਿਹੜਾ ਮੈਂਸ਼ਨ ਕਰ ਦੂੰਗਾ ਨੰਬਰ ਮੇਰੇ ਵੀਰੋ ਨੋਟ ਕਰ ਲਓ 1 8 0 0 3 0 0 6 1 3 1 3 ਮੇਰੇ ਵੀਰੋ ਦੂਜਾ ਨੰਬਰ ਨੋਟ ਕਰ ਲਓ 1 9 6 7 ਮਤਲਬ ਕਿ 1967 ਤੀਜਾ ਨੰਬਰ ਮੇਰੇ ਵੀਰੋ ਨੋਟ ਕਰ ਲੋ 1 4 4 4 5 ਇਹ ਤਿੰਨ ਨੇ ਨੰਬਰ ਮੇਰੇ ਵੀਰੋ ਤੁਸੀਂ ਇਹਨਾਂ ਤੇ ਵੀ ਜਿਹੜੀ ਸ਼ਿਕਾਇਤ ਜਿਹੜੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਰਾਸ਼ਨ ਕਾਰਡ ਦੇ ਰਿਲੇਟਡ ਆ ਦਰਜ ਕਰਵਾ ਸਕਦੇ ਹੋ ਸੋ ਮੇਰੇ ਵੀਰੋ ਇਹ ਜਿਹੜੀ ਵੀਡੀਓ ਬਹੁਤ ਖਾਸ ਆ ਹਰ ਵੀਰ ਤੱਕ ਹਰ ਭੈਣ ਤੱਕ ਹਰ ਘਰ ਹਰ ਫੋਨ ਤੱਕ ਇਹ ਵੀਡੀਓ ਪਹੁੰਚਾ ਦਿਓ ਬਹੁਤ ਜਿਹੜੇ ਗਰੀਬਾਂ ਦੇ ਜਿਹੜੇ ਰਾਸ਼ਨ ਨੇ ਨਹੀਂ ਆਉਂਦੇ ਜਾਂ ਕੱਟੇ ਗਏ ਨੇ ਜਾਂ ਰਾਸ਼ਨ ਕਾਰਡ ਗਲਤੀ ਨਾਲ ਕੱਟੇ ਗਏ ਹਨ ਤਾਂ ਤੁਸੀਂ ਇੱਥੇ ਜਿਹੜੀ ਸਰਕਾਰ ਦੀ ਇਸ ਵੈਬਸਾਈਟ ਦੇ ਉੱਪਰ ਜਾ ਕੇ ਜਾਂ ਇਹਨਾਂ ਫੋਨ ਨੰਬਰਾਂ ਉੱਪਰ ਜਾ ਕੇ ਤੁਸੀਂ ਜਿਹੜਾ ਆਪਣਾ ਜੇਕਰ ਤੁਹਾਡਾ ਰਾਸ਼ਨ ਕਾਰਡ ਕੱਟਿਆ ਗਿਆ ਕਿਸੇ ਗਲਤੀ ਕਾਰਨ ਤੇ ਆਪਣਾ ਜਿਹੜਾ ਦੱਸ ਕੇ ਤੁਸੀਂ ਰਾਸ਼ਨ ਕਾਰਡ ਜਿਹੜਾ ਦੁਬਾਰਾ ਬਣਵਾ ਸਕਦੇ ਹੋ ਜਾਂ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਪ੍ਰੋਬਲਮ ਆ ਉਹ ਤੁਹਾਡੀ ਇਸ ਵੈਬਸਾਈਟ ਦੇ ਉੱਪਰ ਤੇ ਇਹਨਾਂ ਨੰਬਰਾਂ ਦੇ ਉੱਪਰ ਜਿਹੜਾ ਤੁਹਾਡਾ ਮਸਲਾ ਹੱਲ ਹੋ ਜਾਊਗਾ ਸੋ ਮੇਰੇ ਵੀਰੋ ਆਪਾਂ ਜਿਹੜਾ ਆਪਣਾ ਫਰਜ਼ ਨਿਭਾ ਦਿੱਤਾ ਤੁਹਾਨੂੰ ਸਹੀ ਜਾਣਕਾਰੀ ਦੇ ਕੇ ਹੁਣ ਸ਼ੇਅਰ ਕਰਕੇ ਤੁਸੀਂ ਆਪਣਾ ਫਰਜ਼ ਜਿਹੜਾ ਨਿਭਾ ਦਿਓ ਹਰ ਘਰ ਤੱਕ ਇਹ ਵੀਡੀਓ ਸ਼ੇਅਰ ਕਰ ਦਿਓ ਜੇਕਰ ਵੀਡੀਓ ਸ਼ੇਅਰ ਕਰਨਾ ਕਿਸੇ ਵੀਰ ਭੈਣ ਭਰਾ ਦਾ ਭਲਾ ਹੁੰਦਾ ਤੇ ਜਿਹੜਾ ਮੇਰਾ ਵੀਰੋ ਸ਼ੇਅਰ ਵਾਲਾ ਬਟਨ ਦੱਬੀ ਚਲੋ ਆਪਣਾ ਕੀ ਜਾਂਦਾ ਵਾ ਸੋ ਹੋਰ ਜਿਹੜੀਆਂ ਕਾਫੀ ਵੀਡੀਓ ਨੇ ਆਪਾਂ ਆਪਣੇ ਚੈਨਲ ਦੇ ਉੱਪਰ ਪਾਈਆਂ ਹੀਆਂ ਨੇ ਉਹ ਵੀ ਜਾ ਕੇ ਤੁਸੀਂ ਦੇਖ ਲਓ ਤਾਂ ਜੋ ਜਿਹੜੀ ਤੁਹਾਨੂੰ ਹੋਰ ਕਿਸੇ ਤਰ੍ਹਾਂ ਦੀ ਜਿਹੜੀ ਮਦਦ ਮਿਲ ਸਕੇ ਸੋ ਜਿੰਨੇ ਮੇਰੇ ਵੀਰਾਂ ਨੇ ਇਹ ਤੱਕ ਆਪਣਾ ਚੈਨਲ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਜਿਹੜਾ ਆਪਣਾ ਚੈਨਲ ਆ ਸੁਖ ਲਾਟਿਆ ਉਸ ਨੂੰ ਫੋਲੋ ਕਰ ਲਓ YouTube ਤੇ ਜਾ ਕੇ ਸਬਸਕ੍ਰਾਈਬ ਕਰ ਲਓ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕਸ ਫॉर ਵਾਚਿੰਗ ਸਾਸੀ ਕਾਲ ਜੀ